अपने इतने रस्ते च असि आ रहे बाजारों पवन से मत्था टेक के अच्छा। अपने इतने रस्ते सू मिले झोने के देख के डर गए पता नहीं कौन है कभी झोने लेटता पिया ही उर्दू जा लिखता है लगता जिम्मे प्रोफेसर लगा बंदा हाँ जी वीर मेरे सारे वीर वाहेगुरु जी का खालसा वाहेगुरु जी की फतेह। फिर अज 17 तरीक एतवार का दिन वा तो लगभग रात के 10 बज चुके असी पिंड भाई लद्दू आए हाँ। इन्हें वीर जी होना ने अपन फोन किया कि कोई दिमागी सही नहीं वीर बोल मतलब बोल नहीं सकता है ये तो लिखा के देखा लिख भी नहीं सकता तो इन्हों के जी झोने मगर लगे उन्हें ये पिया चलता डर गए पता नहीं कौन है कभी झोने लेटता पिया ही बाद आवाज मारी फिर आ गया बाहर कपड़े लाई फिर आवे चेंज चूंज कपड़े कराए ए आईटी कॉलेज ने सब प्रोफेसर लगा उन्होंने अभी वीडियो पाई और फोटो पाई दसदा वे इशारे करता कि इतों आया उन्हें कुड़ते रहे हैं अच्छा मैं ना किसी ने रखा वे हाँ जी रखे रखे दसदा इदा ए ते मुक्कियां ते दसदा कि मैं मार मार पंजा पंजा तेरे को मारा किसी ने हाँ हाँ कहाँ पे मारा कहाँ मारा इधर मारा इधर मारा दसदा है कि सर लिखा के वेख लिया लिखा के ना प्रोफेसर मुंडा हां जी वीर मेरे सारे वीर वाहेगुरु जी का खालसा वाहेगुरु जी की फतेह। फिर अज 17 तरीक एतवार का दिन वा तो लगभग रात के 10 बज चुके असी पिंड भाई लद्दू आए हाँ। इन्हें वीर जी होना ने अपन फोन किया कि कोई दिमागी सही नहीं वीर बोल मतलब बोल नहीं सकता है ये तो लिखा के देखा लिख भी नहीं सकता तो इन्हों के जी झोने मगर लगे उन्हें ये पिया कोई दसदा नहीं है कोई अपना टिकाणा नहीं दसदा कोई कुछ नहीं दसदा तो दसद कि सहमया पिया कपड़े भी लिबड़े से आखो जे कपड़े आ ये भी मिट्टी घटे ना खराब हुए पे सके चलो धन्यवाद वीर का इन्होंने इनू लैके आए हैं क्योंकि अजकल तो भाव भीर की गल की है कि कोई डरदा नहीं लैके आता जिसे जमाना साढ़े तरह कोई बड़ी पैजे किता कि मार किया जा की करके चलो ता भी धन्यवाद लाया मैं थोड़ा जहा कि गया नहीं तो उदो आए ना होर सुना ठीक ठाक हाँ ना की तेरा नाम क्या है तेरा नहीं पता कहाँ का रहने वाला है नाम इसे लिखे आया तेरे रहेंगे रहे हाँ समझ होंगी नुखा दें नंबर है नहीं उतरा
ਆ ਤੇ ਹੋਰ ਉਹਦੇ ਵਾਹੇ ਵੜੂ ਗਦੀ ਹੋਰ ਦੀ ਚੌਂਦੀ ਦੀ ਹੈ ਹਾਂ ਇੱਕ ਮਿੰਟ ਆ ਨੰਬਰ ਨਹੀਂ ਨਹੀਂ ਨੰਬਰ ਇੱਕ ਜਗਰੂ ਫੈਕਟਰੀ ਉਥੋਂ ਦੀ ਅਲਗੋਂ ਕੋਠੀ ਵੀ ਉਹਦਾ ਕਾਰਡ ਲਈ ਫਿਰਦਾ ਉਹਦਾ ਕਾਰਡ ਉਹਦਾ ਕਾਰਡ ਜੇ ਬਾਬਾ ਉਹਨੂੰ ਅਸੀਂ ਫੋਨ ਕੀਤਾ ਉਹਦਾ ਸਾਡੇ ਕੋਲੋਂ ਗਿਆ ਵੇ ਅੱਛਾ ਨਹੀਂ ਉਹ ਕਿਤੇ ਸਾਡੇ ਕੋਲੋਂ ਗਿਆ ਉਹਨੂੰ ਪਤਾ ਪੁੱਛਿਆ ਨਹੀਂ ਵੀ ਤੁਹਾਡੀ ਉਹ ਤਨ ਕਹਿੰਦਾ ਉਹਨੇ ਇਹ ਕਿਹਾ ਕਿ ਸਾਡੇ ਲਾਗੋਂ ਮਤਲਬ ਕੰਮ ਕਰਦਾ ਸੀ ਤੇ ਉੱਥੇ ਪੰਜਾਬ ਦਾ ਨਹੀਂ ਆਉਂਦਾ ਦੱਸਿਆ ਨਹੀਂ ਕਿਤੇ ਲੈ ਦੇ ਨੰਬਰ ਨੂੰ ਮੈਂ ਲਾਵਾਂ ਫੋਨ ਲਾਵਾਂ ਪੁੱਛਾਂ ਕੋਈ ਗੱਲ ਨਹੀਂ ਆਹ ਕਾਰਡ ਹੈ ਉਹਨਾਂ ਦਾ ਮੈਂ ਲਾ ਲੈਣਾ ਖੁਦ ਲਾ ਲੈਣਾ ਚਲੋ ਠੀਕ ਤੁਸੀਂ ਉਹਨਾਂ ਕਿਉਂਕਿ ਉਹਨਾਂ ਦੇ ਪਰਸ 'ਚ ਕਾਰਡ ਮਿਲਿਆ ਸਾਨੂੰ ਹਾਂ ਅਸੀਂ ਆਪਾਂ ਅਸੀਂ ਤਾਂ ਪੁੱਛ ਸਕਦੇ ਹਾਂ ਤੁਹਾਨੂੰ ਤਾਂ ਕੋਈ ਪ੍ਰੋਬਲਮ ਇਹ ਤਾਂ ਖਾਲੀ ਇਹ ਪੁੱਛ ਲਾਂਗੇ ਨਾ ਉਹਨਾਂ ਦੇ ਘਰੇ ਵੀ ਲੈ ਜਾਵਾਂਗੇ ਜਿਨ੍ਹਾਂ ਨੇ ਰੱਖਿਆ ਹੋਇਆ ਟਿਕਾਟ ਉਹ ਤੇ ਵੈਸੇ ਨੇ ਪਰ ਉਤਰਾ ਹੀ ਹੈ ਉਹ ਤਾਂ ਉੱਪਰ ਵਾਲਾ ਲਾਇਆ ਹੈ ਨਾ ਆਪਾਂ ਉੱਪਰ ਵਾਲਾ ਲਗਾਇਆ ਉਰਦੂ ਦੇ ਪੜਾ ਕੇ ਵੇਖ ਲੈ ਉਹਨੂੰ ਪ੍ਰੋਫੈਸਰ ਨੂੰ ਉਹ ਆਂਦਾ ਕਿ ਨਹੀਂ ਉਰਦੂ ਨਹੀਂ ਲਿਖਦਾ ਇਹ ਤਾਂ ਗਲਤ ਮਤਲਬ ਸ਼ਬਦ ਲਿਖਦਾ ਹਿੰਦੀ ਦੇ ਬਾਕੀ ਉਹਨਾਂ ਦਾ ਨਾਮ ਲੈਣ ਲੱਗਿਆ ਤਾਂ ਬਹੁਤ ਡਰਦਾ ਉਹ ਕੁੜੀ ਪੜਦੇ ਕਰਦੇ ਰਹੇ ਇਹਨੂੰ ਤੇ ਮੰਨ ਲਾ ਵੀ ਠਾਕ ਦੱਸ ਦਿੰਦੇ ਆਠ ਦੋ ਦੋ ਹੀ ਆ ਜਾਣਾ ਮੇਰੇ ਸਾਥ ਸੰਡੇ ਦਾ ਕਰਕੇ ਤੁਸੀਂ ਮੱਥਾ ਟੇਕ ਕੇ ਵਾਪਸ ਆਉਂਦੇ ਸਾਨੂੰ ਇੱਥੇ ਮਿਲਿਆ ਪਏ ਤੇ ਵਿੱਚ ਬੈਠਾ ਰਿਹਾ ਕਾਫੀ ਟਾਈਮ ਬੈਠਾ ਵੇਹਦੇ ਨੇ ਸਾਨੂੰ ਦੱਸਿਆ ਨੀ ਮੁੜ ਕੇ ਆਪਣੇ ਆਪ ਉੱਠ ਕੇ ਬਾਹਰ ਆ ਗਿਆ ਜਦੋਂ ਬਾਹਰ ਆ ਗਿਆ ਫਿਰ ਉਹਨੇ ਪੁੱਛਿਆ ਵਾ ਅਸੀਂ ਜ਼ਿਆਦਾ ਨੇੜੇ ਤਾਂ ਨਹੀਂ ਗਏ ਪਹਿਲਾਂ ਐਂ ਫਿਰ ਜਾ ਕੇ ਆਪਣੇ ਕੋਲ ਗਏ ਫਿਰ ਉਹਨੇ ਪੁੱਛਿਆ ਕਿੱਦਾਂ ਬਾਕੀ ਬੋਲਦਾ ਨਹੀਂ ਸੀ ਫਿਰ ਇਹਦੇ ਕੱਪੜੇ ਅਸੀਂ ਚੇਂਜ ਚੂੰਜ ਕਰਵਾਏ ਆ ਵੀਰੋ ਜੇਕਰ ਕੋਈ ਇਸ ਵੀਰ ਨੂੰ ਜਾਣਦਾ ਵਾ ਮੈਂ ਲਾਗੇ ਕਰਦਾ ਵਾ ਜੇਕਰ ਕੋਈ ਵੀਰ ਜਾਣਦਾ ਵਾ ਜਾਂ ਪਤਾ ਹੋਵੇ ਕਿ ਕਿਹਦੇ ਘਰੇ ਕੰਮ ਕਰਦਾ ਰਿਹਾ ਵਾ ਠੀਕ ਹੈ ਜੀ ਹੈਲੋ ਹੈਲੋ ਹੈਲੋ
ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਜਗਰੂਪ ਫੀਡ ਫੈਕਟਰੀ ਤੋਂ ਬੋਲਦੇ ਵੀਰੇ ਇੱਕ ਨਾ ਸਾਡੇ ਕੋਲ ਕੋਈ ਪ੍ਰਵਾਸੀ ਵੀਰ ਵਾ ਠੀਕ ਹੈ ਜੀ ਉਹਦੇ ਕੋਲ ਤੁਹਾਡਾ ਕਾਰਡ ਵਾ ਕੋਈ ਮਤਲਬ ਕਿ ਜਾਣਦੇ ਤੁਸੀਂ ਉਸ ਵੀਰ ਨੂੰ ਕੋਈ ਬਹੁਤੀ ਉਮਰ ਦਾ ਨਹੀਂ ਮੇਰੇ ਸਾਨੂੰ 15-20 ਸਾਲ ਦਾ ਵੀਰ ਆ ਹਾਂਜੀ ਅਸੀਂ ਵੀ ਜੀ ਸੰਸਥਾ ਤੋਂ ਬੋਲਦੇ ਹਾਂ ਬਾਬਾ ਰਤਨ ਦੇਵ ਸੇਵਾ ਸੋਸਾਇਟੀ ਤੋਂ ਮਰਹਾਣੀ ਤੋਂ ਹਾਂਜੀ ਤੁਹਾਡਾ ਕਾਰਡ ਸੀ ਨਾ ਉਹਨਾਂ ਕੋਲੋਂ ਚਲੋ ਕੋਈ ਗੱਲ ਨੀ ਮੈਂ ਨਾ ਪਤਾ ਕਰਦਾ ਤੁਹਾਡੇ ਨਾਲ ਤੇ ਨਾ ਟੱਚ ਉਹਨਾਂ ਦਾ ਕੋਈ ਹੈਗਾ ਚਲੋ ਕੋਈ ਗੱਲ ਨੀ ਮੈਂ ਪਤਾ ਕਰ ਲੈਂਦਾ ਠੀਕ ਹੈ ਜੀ ਵੀਰ ਲਾਗੇ ਕਰਕੇ ਕੈਮਰਾ ਲਾਗੇ ਕਰਕੇ ਸਾਡੇ ਕੋਈ ਵੀਰ ਇਸ ਵੀਰ ਨੂੰ ਜਾਣਦਾ ਹੋਵੇ ਠੀਕ ਹੈ ਜੀ ਜਾਂ ਪਤਾ ਹੋਵੇ ਵੀ ਇਹਨੂੰ ਕਿਹੜੇ ਜ਼ਿਮੀਂਦਾਰ ਨੇ ਰੱਖਿਆ ਸੀ ਜਾਂ ਕਿਸੇ ਨਾਲ ਗੁਜਰਾਂ ਨੇ ਰੱਖਿਆ ਸੀਗਾ ਅਤੇ ਆਪਾਂ ਇਹਨੂੰ ਮਿਲ ਸਕਦੇ ਹਾਂ ਫਿਰ ਉਹਨਾਂ ਤੋਂ ਹੋ ਸਕਦਾ ਇਹਦੇ ਪਰਿਵਾਰ ਦਾ ਪਤਾ ਲੱਗੇ ਵੀ ਉਹਨਾਂ ਇਹਨੂੰ ਕਿੱਥੋਂ ਲੈ ਕੇ ਆਉਂਦਾ ਸੀਗਾ ਠੀਕ ਹੈ ਜੀ ਸੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਅਤੇ ਮੈਂ ਧੰਨਵਾਦ ਕਰਦਾ ਮੇਰੇ ਵੀਰ ਪਿੰਡ ਵਾਲਿਆਂ ਦਾ ਪਿੰਡ ਲੱਦੂਗੀਆਂ ਵੀਰ ਵਾਲੇ ਵੀਰਾਂ ਦਾ ਹੈ ਨਾ ਅਤੇ ਜਿਨ੍ਹਾਂ ਨੇ ਇਨਸਾਨੀਅਤ ਦਾ ਇੱਕ ਸਬੂਤ ਦਿੱਤਾ ਇਸ ਵੀਰ ਨੂੰ ਫੋਨ ਲਾ ਕੇ ਸਾਨੂੰ ਦੱਸਿਆ ਕਿ ਵੀਰ ਕੋਈ ਦਿਮਾਗੀ ਸਹੀ ਨਹੀਂ ਲੱਗਦਾ ਜਾਂ ਕੋਈ ਰਾਹ ਗਲੀ ਕਿੱਥੇ ਬੈਠਾ ਸੀ ਇਹ ਝੋਨੇ ਦੇ ਵਿੱਚ ਬੈਠਾ ਸੀਗਾ ਅਤੇ ਇਹਨਾਂ ਨੇ ਫੋਨ ਲਾ ਕੇ ਦੱਸਿਆ ਕਿ ਵੀਰੇ ਕੋਈ ਵੀਰ ਵਾ ਉਹਦੀ ਤੁਸੀਂ ਆਸ਼ਰਮ ਦੇ ਵਿੱਚ ਉਹਨੂੰ ਲੈ ਜਾਓ ਨਹੀਂ ਤਾਂ ਵੀਰ ਜੀ ਅੱਜ ਕੱਲ੍ਹ ਕੀ ਹੁੰਦਾ ਵਾ ਕਿ ਜਾਂ ਗੁਜਰਾਂ ਨੂੰ ਮਿਲ ਜੇ ਜਾਂ ਕਿ ਉਹੋ ਜਿਹੇ ਜ਼ਿਮੀਂਦਾਰ ਨੂੰ ਮਿਲ ਜੇ ਹੈ ਨਾ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਪਰ ਕੁਝ ਕੁ ਉਹ ਵੀਰ ਸਾਰੀ ਉਮਰ ਕੰਮ ਕਰਾ ਕਰਾ ਮਾਰ ਦਿੰਦੇ ਆ ਮੇਰੇ ਕੋਲ ਕਈ ਐਵੇਂ ਦੇ ਆਸ਼ਰਮ ਚ ਹੈਗੇ ਆ ਹੈਪੀ ਬੱਲਾ ਹੈਪੀ ਬੱਲਾ ਹਾਂਜੀ ਉਹ ਵੀ ਉਹ ਸੇਵਾ ਕਰਦੇ ਆ ਹਾਂ ਨਹੀਂ ਹੈਗਾ ਮੇਰੇ ਨਾਲ ਟੱਚ ਚ ਹੈਗਾ ਮੇਰੇ ਨਾਲ ਵੀਰ ਪਹਿਲਾਂ ਉਹਦਾ ਨੰਬਰ ਲਾਉਂਦਾ ਰਿਹਾ ਮੈਂ ਉਹ ਵੀ ਨਹੀਂ ਗਿਆ ਮੈਂ ਰਾਜ ਨੰਬਰ ਲਾਉਂਦਾ ਰਿਹਾ ਉਹਦਾ ਵੀਰ ਦਾ ਮੇਰੇ ਨਾਲ ਹੈਗਾ ਟੱਚ ਤੇ ਮੇਰਾ ਨੰਬਰ ਨਿਕਲ ਗਿਆ ਮੇਰੇ ਤੋਂ ਉਹਨਾਂ ਦਾ ਨੰਬਰ ਲਾਉਂਦਾ ਰਿਹਾ ਮੈਂ ਤੇ ਬਾਅਦ ਚ ਇਹਨੇ ਬ੍ਰਦਰ ਨੇ ਛੋਟੇ ਨੇ ਫੋਨ ਕਰਤਾ ਕਿ ਆਉਂਦਾ ਕਿ ਮੈਂ ਉਹਨਾਂ ਨੂੰ ਫੋਨ ਕਰਤਾ ਵੀਰ ਨੂੰ ਹਾਂਜੀ ਚਲੋ ਮੈਂ ਚਲੋ ਬਜ਼ੁਰਗ ਬਾਪੂ ਜੀ 35 ਸਾਲ ਬਾਅਦ ਆਪਣੇ ਘਰੇ ਗਿਆ ਜਦੋਂ ਲੈਣ ਆਏ ਨਾ ਉਹਨੂੰ ਜਦੋਂ ਉਹਨਾਂ ਕਿਹਾ ਕਿ ਵੀਰ ਜੀ ਸਾਡਾ ਬਜ਼ੁਰਗ ਲੈਣ ਆਏ ਤੇ ਉਹ ਮੁੰਡਾ ਮੇਰੀ ਕੋ ਮਰਦਾ ਮੈਂ ਕਿਹਾ ਯਾਰ ਤੇਰੀ ਉਮਰ ਹੀ 35 ਸਾਲ ਨੀ ਆ ਤੂੰ ਕਹਿੰਦਾ ਮੇਰਾ ਪਿਓ ਤੂੰ ਕਿੱਦਾਂ ਪਛਾਣ ਲਿਆ ਇਹਦਾ ਪਹਿਲਾਂ ਠੀਕ ਹੈ ਜੀ ਉਹ ਮੁੰਡਾ ਹੈਗਾ ਤੇ ਉਹ 35 ਸਾਲ ਦਾ ਸੀਗਾ ਉਹ ਕਹਿੰਦਾ ਵੀਰ ਮੈਂ 2 ਸਾਲ ਦਾ ਹਾਂ ਜਦੋਂ ਮੇਰਾ ਪਿਓ ਚਲੇਗਾ ਮੈਨੂੰ ਤਾਂ ਨੀ ਪਤਾ ਪਰ ਸਾਡੇ ਪਿੰਡ ਦੇ ਜਿਹੜੇ ਸਿਆਣੇ ਸੀਗੇ ਜਦੋਂ ਮੇਰੀ ਮਾਂ ਨੇ ਕਿਹਾ ਕਿ ਜਦੋਂ ਕਿਸੇ ਨੇ ਵੀਡੀਓ ਵੇਖੀ ਹੋਗੀ ਉਹ ਕਹਿੰਦੇ ਵੀ ਇਹ ਤੁਹਾਡਾ ਬਜ਼ੁਰਗ ਲੱਗਦਾ ਵਾ ਕਹਿੰਦੇ ਫਿਰ ਸਿਆਣੇ ਬੰਦਿਆਂ ਨੂੰ ਵੀਡੀਓ ਵਿਖਾਈ ਉਹ ਸਾਰੇ ਕਹਿੰਦੇ ਤੁਹਾਡਾ ਬਜ਼ੁਰਗ ਹੀ ਆ ਪਛਾਣਿਆ ਕਿਸੇ ਇੱਕ ਮੌਕਾ ਸੀ ਇੱਥੇ ਵੀਡੀਓ 'ਚ ਵੀ ਹੈਗਾ ਸੀਗਾ ਤੇ ਉਹ ਜਿੰਨਾ ਜਿਹੜਾ ਉਹਨਾਂ ਸਬੂਤ ਵਿਖਾਏ ਮੈਨੂੰ ਜਿਵੇਂ ਆਧਾਰ ਕਾਰਡ ਵਿਖਾਇਆ ਉਹਦੇ ਵਿੱਚ ਮੌਕਾ ਹੈਗਾ ਸੀ ਤੇ ਉਹਦੇ ਤਾਏ ਦੀ ਤੇ ਤਾਏ ਦੀ ਹੂ ਬਹੂ ਸ਼ਕਲ ਮਿਲਦੀ ਉਹਦੇ ਨਾਲ ਇੱਕ ਮਤਲਬ ਫੋਟੋ ਕਾਪੀ ਇੱਕ ਸਾਲ ਦੀ ਤੇ 35 ਸਾਲ ਬਾਅਦ ਉਹ ਆਪਣੇ ਪਿਓ ਨੂੰ ਲੈ ਕੇ ਗਿਆ ਹੁਣ ਮਤਲਬ ਤੁਸੀਂ ਜੀ ਉਹ ਸਸਤਾ ਹੁਣ ਮਤਲਬ ਸਾਲ ਕੁ 2 ਸਾਲ ਹੋ ਗਏ ਨਹੀਂ ਆਪਾਂ ਨੂੰ 3-4 ਸਾਲ ਹੋ ਗਏ ਆਸ਼ਰਮ ਚਲਾਈ ਨੂੰ ਸਾਲ ਕੁ ਹੋ ਗਿਆ ਵੈਸੇ ਆਪਾਂ ਇੱਥੇ ਤੁਹਾਡੇ ਹੁਣ ਕਲੰਜਰ ਆ ਤੁਹਾਡੇ ਲਾਗੇ ਇੱਥੇ ਅਸਲ ਤਾੜ ਆ ਇੱਥੇ ਤੁਹਾਡੇ ਇੱਥੇ ਰਾਜੇ ਪੈਲਸ ਵਿੱਚ ਆਪਾਂ ਵਿਆਹ ਕਰਦੇ ਰਹਿੰਦੇ ਹਾਂ ਠੀਕ ਹੈ ਜੀ ਹਾਂ ਤੁਹਾਡੇ ਇੱਥੇ ਮਾਡਲੀ ਹਾਂਜੀ ਉਹਨਾਂ ਦੀ ਜਦੋਂ ਵੀਡੀਓ ਵੇਖਦੇ ਨਾ ਦੁਬਾਰਾ ਜੋ ਲੈਣ ਆਉਂਦੇ ਆ ਉਹ ਜਿਹੜੇ ਬੰਦੇ ਇਹੋ ਜਿਹੇ ਬੰਦੇ ਜਿਹਨਾਂ ਦੇ ਮਾਂ ਪਿਓ ਵੇਖ ਲੈਂਦੇ ਆ ਵੀਡੀਓ ਉਹ ਬਾਅਦ ਜਾ ਰੋਂਦੇ ਹਨਾ ਬੜਾ ਵੀਰ ਰੋਂਦੇ ਆ ਹਨਾ ਮੈਂ ਇੱਕ ਨਾ ਮੇਰੇ ਕੋਲ 9 ਵਜੇ ਦਾ ਟਾਈਮ ਹੋਣਾ ਮੈਂ ਪੱਟੀ ਤੋਂ ਆਉਂਦਿਆ ਸੀਗਾ ਮੇਰੀ ਨੂੰ ਮਤਲਬ ਦਵਾਈ ਦਵਾ ਕੇ ਤੇ ਰਸਤੇ ਦੇ ਵਿੱਚ ਨਾ ਕਿਸੇ ਨੇ ਤਲਾਈ ਮੋਢਿਆਂ ਤੇ ਪਾਈ ਦਸੰਬਰ ਦਾ ਮਹੀਨਾ ਸੀਗਾ ਤੇ ਤੁਰਿਆ ਜਾਵੇ ਹੁਣ 25 ਸਾਲ ਦਾ ਮੁੰਡਾ ਹੋਣਾ ਤੁਰਿਆ ਜਾਵੇ ਤੇ ਮੈਂ ਜਦੋਂ ਉਹਦੇ ਲਾਗੇ ਗਿਆ ਤੇ ਉਹ ਮੈਨੂੰ ਵੇਖ ਕੇ ਡਰ ਕੇ ਭੱਜ ਗਿਆ ਠੀਕ ਹੈ ਜੀ ਮੇਰੇ ਨਾਲ ਮੁੰਡੇ ਮੇਰੇ ਤੋਂ ਇੰਨਾ ਭੱਜਿਆ ਨਹੀਂ ਜਾਂਦਾ ਮੈਂ ਠੀਕ ਨਹੀਂ ਰਿਹਾ ਮੈਂ ਨਾਲ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਯਾਰ ਭੱਜ ਕੇ ਉਹਨੂੰ ਫੜ ਭੱਜ ਕੇ ਜਦੋਂ ਉਹਨੂੰ ਫੜਿਆ ਉਹ ਡਰਿਆ ਪਤਾ ਨਹੀਂ ਵਿਚਾਰਾ ਰੋਣ ਆਖਿਆ ਜਾ ਹੋਇਆ ਉਹਨੂੰ ਅਸੀਂ ਨਾ ਫੜ ਫੁੜ ਕੇ ਗੱਡੀ 'ਚ ਬਿਠਾਇਆ ਗੱਡੀ ਬਿਠਾ ਕੇ ਲੈ ਕੇ ਚਾਹ ਪਿਆਈ ਰੋਟੀ ਖਵਾਈ ਸਿਆਲ ਦੇ ਦਿਨ ਹੀ ਉਹਨੂੰ ਬਿਸਤਰਾ ਬਸਾਤਾ ਫਿਰ ਨਾ ਉਹਦੇ ਮੈਂ ਨਾ ਇੱਦਾਂ ਹੱਥ ਉੱਤੇ ਟੋਏ ਤੇ ਇੱਥੇ ਉਹਦਾ ਨੰਬਰ ਲਿਖਿਆ ਸੀਗਾ ਪਰਿਵਾਰ ਦਾ ਠੀਕ ਹੈ ਜੀ ਮੈਂ ਜਦੋਂ ਨੰਬਰ ਕੱਢ ਕੇ ਲਾਇਆ ਤੇ ਮੈਂ ਕਿਹਾ ਭੈਣੇ ਅਸੀਂ ਇੱਦਾਂ ਤਰਨ ਤਾਰਨ ਤੋਂ ਬੋਲਦੇ ਹਾਂ ਅਤੇ ਕੋਈ ਤੁਹਾਡਾ ਕੋਈ ਭਰਾ ਬ੍ਰਦਰ ਗੁਆਚਾ ਹੋਵੇ ਜਿਹਦਾ ਮਤਲਬ ਕਿ ਮੋਬਾਇਲ ਉਹਦਾ ਨੰਬਰ ਉਹਦੀ ਬਾਂਹ 'ਤੇ ਲਿਖਿਆ ਤੁਹਾਡਾ ਨੰਬਰ ਆ
ठीक है जी। वह तो उस बेचारी रोन लग पी कहनी मेरा मेरा भरा ही है ठीक है जी। तो साल कह मैं 6 महीने हो गए मनसा साल हो गया वा माता ने प्रार्थना की हिंदू सी जिन्ना चेर मेरा भरा नहीं होंगे करे उन चेर मैं चप्पल नहीं पाऊंगी। तो मैं भैन तेरा रब ने तेरी सुन ली बेचारी अगले दिन चंडीगढ़ रही सी अगले दिन आके लगी साल बाद मतलब ऐसा जेडे बंद पुजी हो ना उन्होंने जेकर एड्रैस दूसरे होने का मोबाइल नंबर लिखा होंगे मान लो घर दिन बिहार नेट ते सर्च मार के नंबर कढ लिया पिंड दा ठीक है जी। ओ आण के नहीं लैके गए कई चाहुंदे नहीं आ वी असीं लै जाईए गलों लै हुंदे आ मतलब हां जी 10% ते बाकी ओह लै जांदे लोकी कईआं दा मतलब प्यो नहीं हुंदा बिहार दे आ भई ओह नहीं जानी फिर अपने पंजाबी फिर अपने पंजाबी फिर भी लैंदे कई यार की हुंदा कि मां मरी हुंदी है प्यो ने दूजा ब्याह कराया हुंदा वा ओह पर दूजी मां उसां भी नहीं इसे गल को भी करो बस बेरे नहीं रहने कहाँ का वाला है हरियाणा का हिमाचल का बिहार का बिहार का रहने वाला है यूपी यूपी का है? नहीं यूपी का रहने वाला है बिहार का कहाँ का रहने वाला है यूपी का नाला यूपी का अपने आप ही हैं कहाँ का रहने वाला है पंजाब का है हैं और किधर नु जाना है फैक्ट्री ने मतलब तोड़े तले चुकता रहा मतलब ओह जो काम नहीं करता रहा फैक्ट्री कि नंबर निकलिया वा चलो मैं बहुता नहीं उन्होंने बारे मैं विच मेंशन करना पर जेकर मेरे वीर अलगो कोठी वाले अलगो कोठी पिंड दा इत्थों कार्ड निकला एक ठीक है जी। जेकर कोई अलगो कोठी वाला वीर वीडियो देखता होवे तां सानू दस्सिओ कि वाकई तुहाडे पिंड ये वीर रहा वा कि नहीं रहा ये जरूर कमेंट करके दस दिओ जां साडा मोबाइल नंबर उपर वीडियो के उपर दिता वा जरूर दस दिओ क्योंकि साडे मन च वी जिहड़ा शक हैगा वा कितें उन्हां नाल रख्या होवे वह भी साडा शक क्लीयर हो जाए ते दस्यो जरूर मेनू कमेंट करके अलगो कोठी ते मेरा वावा वीर हैगे आ अच्छा हां ठीक है अलगो अपना एरिया तरन अपना तरन तरनिया पट्टी दे भी काफी हैगे आ चलिए ना नो इने पहले आसी दिमागी पूरे कपड़े भी लै आया उतो लिफाफे पाके आर बेचारे तुम रात बात उसे डिग टाया पिया होगा देर नहीं पता जल लुकिया होगी तो मगर ना कि आ जाए मतलब जो कार्ड वेखे जा फोन ਉਦੋਂ ਕਰਦਾ ਸੀ ਮੇਰੀ ਬਾਤ ਸੁਣ ਜੇ ਕਾਰਡ ਉਨਕਾ ਹੈ ਜਿਨਕੇ ਘਰ ਰਹਿਤਾ ਥਾ ਤੂੰ ਉਨਕਾ ਨਹੀਂ ਹੈ ਉਨਕੇ ਪਾਸ ਹੈ ਘਰ ਹਾਂ ਦੂਰ ਹੈ ਉਨਸੇ ਉਨਸੇ ਦੂਰ ਹੈ ਅਲਗੋ ਕੇ ਕੋਠੀ ਰਹਿਤਾ ਥਾ ਤੂੰ ਪਿੰਡ ਦਾ ਨਾਮ ਹੀ ਪਰ ਪਤਾ ਪਹਿਲਾਂ ਡਰਦਾ ਸੀ ਡਰਦਾ ਸੀ ਇਹ ਨਾ ਦੂਜਾ ਉਥੋਂ ਦਾ ਜਿਹੜਾ ਨਾਮ ਗਾਂਵ ਦਾ ਨਾਮ ਪਤਾ ਹੈ ਜਾਂ ਫੇ ਰਹਿਤਾ ਥਾ ਤੂੰ नहीं पता तो पिंड करके ना करता
काम कराते थे ज्यादा? काम कराते थे ऐसे से? काम तो करता है ऐसे से, ऐसे करते ही ना है? मारते थे ऐसे से? ऐसे से करते ही, इधर इधर ऐसे से करते ही, इधर ऐसे से करते बंद के रहते। तेरे को बंदा था उन्होंने ऑपरेशन होया वा, ऑपरेशन होया, एक मिनट एक मिनट ऑपरेशन, इधर इधर दिखा इलाज कौन ने कराया जिनके घर रहता था तू? तेरे माँ बाप ने कराया? इतनी बड़ी होगी थी समझने लग रही सौंदा है कि नहीं सौंदा? राखी कहाँ से बनाई तूने? राखी राखी कड्डी कच्ची बदी है। चलो कोई गल नहीं, सवेरे मैं वीडियो पानी, कोई ना कोई एड्रेस निकल आना। गगू वीर नाल हैगा, बटाले आले नाल, ठीक है जी, अपने नाल गुरविंदर पाठ नाल हैगा, पाल खरौड़ दा नाल मेरी एक वारी गल हुई है, मैं उत्थे गया नहीं उहनां कोल। परिवार फिर आश्रम नूं भी हैंडल करना, आपां फिर नाल ब्याह करदे आ, ਉਹ ਗੱਲਾਂ ਮਤਲਬ ਉਹਨਾਂ ਦੀ ਸੇਵਾ ਬਹੁਤ ਤਕੜੀ ਹੈ, ਮੈਂ ਉਹਨਾਂ ਮੁਕਾਬਲੇ ਕੁਝ ਵੀ ਨਹੀਂ ਹਾਂ, ਠੀਕ ਹੈ, ਪਰ ਉਹ ਇਸ ਸਰੀਰ ਪੱਖੋਂ ਪੂਰੇ ਐਕਟਿਵ ਆ, ਮੈਂ ਪੂਰਾ ਐਕਟਿਵ ਨਹੀਂ ਹੈਗਾ, ਉਹ ਥੱਕ ਜਲਦੀ ਜਾਂਦਾ। ਉਹਨਾਂ ਦੀ ਆਵਾਜ਼ ਸੁਣਦੇ ਵੱਖਰੇ ਮਜ਼ਾ ਆਉਣਾ, ਸਕੂਨ ਮਿਲਦਾ। ਅਸਲ ਦੇ ਵਿੱਚ ਜਿਹੜਾ ਬੰਦਾ ਅੰਦਰੋਂ ਪੂਰਾ ਵਧੀਆ ਹੁੰਦਾ ਨਾ, ਹੁਣ ਤੁਸੀਂ ਸਰਬਜੀਤ ਹੁੰਦੇ ਨੂੰ ਸੁਣ ਲਓ, ਤੁਹਾਨੂੰ ਖੇਜੀ ਚੜੀ ਜਾਊ, ਮਜ਼ਾ ਨਹੀਂ ਆਊ, ਤੇ ਜਦੋਂ ਭਾਈ ਪਿੰਦਰਪਾਲ ਨੂੰ ਸੁਣ ਲਓ ਤੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਇਹ ਬੰਦਾ ਅੰਦਰੋਂ ਇੱਕ ਹੁੰਦਾ ਨਾ, ਉਹਦੀ ਬੋਲਾਂ 'ਚ ਲਫ਼ਜ਼ ਹੁੰਦਾ, ਉਹਦਾ ਭਾਰ ਹੁੰਦਾ ਵਾ ਲਫ਼ਜ਼ਾਂ ਦੇ ਵਿੱਚ। ਚਲੋ ਚੱਲੀਏ, ਜਦੋਂ ਚੇਂਜ ਕੀਤੇ ਨੇ ਕੱਪੜੇ, ਉਦੋਂ ਵੀ ਸੂਝ ਵਾਲੀ ਕੀਤੇ ਨੇ ਚੇਂਜ, ਕੜੇ ਵੀ ਜਦੋਂ ਚੇਂਜ ਪਾਏ ਸੀ ਕੱਪੜੇ, ਇਹਨੂੰ ਮੁੜ ਕੇ ਆਖਿਆ ਮੈਂ ਲੇਟ ਜਾ, ਉਹ ਜਦੋਂ ਲੰਮਾ ਪੈ ਗਿਆ ਮੁੜ ਕੇ ਲੰਮੇ ਪਏ ਨੇ ਲਾ ਕੇ ਫਿਰ ਰੱਖੇ ਉਧਰ। ਬਾਕੀ ਜਦੋਂ ਕੱਪੜੇ ਚੇਂਜ ਕੀਤੇ ਨੇ ਉਦੋਂ ਵੀ ਇਹਨੇ ਮਤਲਬ ਕਿ ਆਪਦਾ ਪਰਨਾ ਪਰਨਾ ਬੰਨ ਕੇ ਕੱਪੜੇ ਚੇਂਜ ਕੀਤੇ, ਏਦਾਂ ਵੀ ਮਤਲਬ ਕਿ ਨਹੀਂ ਪੜ ਮਤਲਬ ਕਿ ਬਾਲਾ ਨਹੀਂ ਮਤਲਬ ਯਾਰ ਲੀੜੇ ਦਾ ਹੁੰਦਾ ਪੂਰੇ ਰੱਖਦਾ ਸਾ, ਹਾਂਜੀ ਪੂਰੇ ਤੈਅ ਕਰਕੇ ਪਾਏ ਸੀ ਅੱਗੇ ਨੂੰ, ਤੈਅ ਕਰਕੇ ਪਾਏ, ਬਾਕੀ ਜੇ ਕੋਹ ਜਾਵੇ ਫਿਰ ਸਾਰੇ ਮਤਲਬ ਕੱਪੜੇ ਕੋਈ ਏਦਾਂ ਮਤਲਬ ਚਲੋ ਚੱਲੀਏ।
ਰਾਜੂ कुछ पूरा जो पूरा हो इन्हू पता लग गया वा की मुंडे संस्था वालों आए ना अंदरूनी खुफिया कमरे चो भी है।